Thank you Jesus thank you Jesus thank you Jesus hallelujah hallelujah ਸਾਰਿਆਂ ਨੂੰ ਜੈਮਸੀ ਦੀ Praise the Lord ਪ੍ਰਭੂ ਤੁਹਾਨੂੰ ਬਰਕਤ ਦੇਣ ਤੁਹਾਡਾ ਅੱਜ ਦਾ ਦਿਨ ਮੁਬਾਰਕ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਗੋ ਪੂਰਾ ਹਫਤਾ ਮੁਬਾਰਕ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਅੱਜ ਹਫਤੇ ਦਾ ਪਹਿਲਾ ਦਿਨ ਹੈ ਮੰਡੇ ਸੋਮਵਾਰ ਪ੍ਰਭੂ ਤੁਹਾਨੂੰ ਸੋਮਵਾਰ ਤੋਂ ਲੈ ਕੇ ਹਫਤੇ ਦੇ ਹਰ ਦਿਨ ਦੇ ਵਿੱਚ ਵਧਾਉਣ ਬਰਕਤ ਦੇਣ ਤੁਸੀਂ ਆਸ਼ੀਸ਼ ਪਾਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਹਮੇਸ਼ਾ ਸਦਾ ਟਿਕਰ ਬਣੀ ਰਹੇ ਅਤੇ ਤੁਸੀਂ ਖੁਸ਼ ਰਹੋ ਤੁਹਾਡਾ ਇਹ ਹਫਤਾ ਗਵਾਹੀਆਂ ਦਾ ਹਫਤਾ ਬਣੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰਮੇਸ਼ਵਰ ਦੇ ਵਿੱਚ ਹੋਰ ਮਜ਼ਬੂਤ ਹੋਣ ਦਾ ਹੋਰ ਵੀ ਵੱਧ ਬਰਕਤ ਪਾਉਣ ਦਾ ਹਫਤਾ ਬਣੇ ਰਬੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰ ਮੇਰੀ ਦੁਆ ਹੈ ਕਿ ਜਿਹੜੀਆਂ ਦੂਰੀਆਂ ਪਿਛਲੇ ਹਫਤੇ ਦੇ ਵਿੱਚ ਕਵਰ ਨਹੀਂ ਹੋ ਪਾਈਆਂ ਤੁਹਾਡੇ ਕੋਲੋਂ ਪਰਮੇਸ਼ਵਰ ਦੇ ਨੇੜੇ ਜਾਣ ਦੇ ਲਈ ਇਸ ਹਫਤੇ ਦੇ ਵਿੱਚ ਤੁਹਾਡੀਆਂ ਉਹ ਦੂਰੀਆਂ ਜਿਹੜੀਆਂ ਆ ਉਹ ਨੇੜਤਾਈਆਂ ਦੇ ਵਿੱਚ ਬਦਲ ਜਾਣ ਰਬੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਨੂੰ ਬਹੁਤ ਬlesਸ ਕਰਨ ਪ੍ਰਭੂ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ ਸੋ ਅੱਜ ਦੀ ਤਾਜ਼ਾ ਰੋਟੀ ਅੱਜ ਦਾ ਮੰਨਾ ਵਚਨ ਦੇ ਵਿੱਚ ਲਿਖਿਆ ਆ ਮੈਂ ਸਭ ਕੁਝ ਕਰ ਸਕਦਾ ਆ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਆ ਹਾਲੇਲੂਇਆ ਸੇਂਟ ਪੌਲਸ ਨੇ ਇੱਦਾਂ ਕਹਿਆ ਆ ਪ੍ਰਭੂ ਦੇ ਦਾਸ ਨੇ ਕਿ ਮੈਂ ਸਾਰਾ ਕੁਝ ਕਰ ਸਕਦਾ ਹਾਂ ਉਹਦੇ ਵਸੀਲੇ ਦੇ ਨਾਲ ਕੁਝ ਵੀ ਇੰਪੋਸੀਬਲ ਨਹੀਂ ਆ ਕੁਝ ਵੀ ਅਸੰਭਵ ਨਹੀਂ ਆ ਕਿ ਮੈਂ ਨਹੀਂ ਕਰ ਸਕਦਾ ਮੈਂ ਸਭ ਕੁਝ ਕਰ ਸਕਦਾ ਹਾਂ ਉਹਦੇ ਵਸੀਲੇ ਦੇ ਨਾਲ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਆ ਜੇ ਇਹ ਇੱਕ ਬਹੁਤ ਹੀ ਮੋਟੀਵੇਸ਼ਨਲ ਵਰਡ ਸਿਆ ਮੋਟੀਵੇਸ਼ਨਲ ਵਰਡ ਆਫ ਗੋਡ ਆ ਜਿਹੜਾ ਤੁਹਾਨੂੰ ਬਹੁਤ ਹਿੰਮਤ ਦਿੰਦਾ ਆ ਜਿਹਦੇ ਨਾਲ ਤੁਸੀਂ ਬਹੁਤ ਦਲੇਰੀ ਪਾਉਨੇ ਆ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਮੋਟੀਵੇਟ ਕਰਨ ਦੇ ਲਈ ਬਹੁਤ ਸਾਰੇ ਮੋਟੀਵੇਸ਼ਨਲ ਸਪੀਕਰਸ ਵੀ ਹੈਗੇ ਆ ਇਸ ਸੰਸਾਰ ਤੇ ਔਰ ਬਹੁਤ ਅੱਛੇ-ਅੱਛੇ ਮੋਟੀਵੇਸ਼ਨਲ ਸਪੀਕਰਸ ਆ ਜਦੋਂ ਤੁਸੀਂ ਉਹਨਾਂ ਨੂੰ ਸੁਣਦੇ ਆ ਤੁਸੀਂ ਸੱਚੀ ਇਨਕਰੇਜ ਹੋ ਜਾਂਦੇ ਆ ਤੁਸੀਂ ਸੱਚੀ ਬੂਸਟ ਹੁੰਨੇ ਆ ਪਰ ਤੁਹਾਨੂੰ ਪਤਾ ਜਦੋਂ ਤੁਸੀਂ ਇਸ ਸੰਸਾਰ ਦੇ ਮੋਟੀਵੇਸ਼ਨਲ ਸਪੀਕਰਸ ਨੂੰ ਤੁਸੀਂ ਸੁਣਦੇ ਆ ਜਿਹੜੇ ਤੁਹਾਨੂੰ ਉਤਸ਼ਾਹਿਤ ਕਰਦੇ ਆ ਜਦੋਂ ਤੁਸੀਂ ਉਹਨਾਂ ਨੂੰ ਸੁਣਦੇ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਪਰਮੇਸ਼ਵਰ ਦੇ ਨਾਲੋਂ ਦੂਰ ਕਰਦੇ ਆ ਉਹ ਤੁਹਾਨੂੰ ਕਿਉਂਕਿ ਉਹ ਸੰਸਾਰ ਦੇ ਆ ਇਸ ਵੇਲੇ ਤੁਹਾਨੂੰ ਸੰਸਾਰ ਦੀ ਹੀ ਸਿੱਖਿਆ ਦਿੰਦੇ ਆ ਉਹ ਤੁਹਾਨੂੰ ਪਰਮੇਸ਼ਵਰ ਨਾਲ ਨਹੀਂ ਜੋੜਦੇ ਅਰ ਉਹ ਤੁਹਾਨੂੰ ਹੀ ਤੁਹਾਡਾ ਪਰਮੇਸ਼ਵਰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਸਭ ਕੁਝ ਕਰ ਸਕਦੇ ਆ ਜੀ ਤੁਹਾਡੇ ਵਿੱਚ ਹੀ ਆ ਸਾਰਾ ਕੁਝ ਪਰ ਮਤਲਬ ਉਹ ਇਸ ਤਰੀਕੇ ਦੇ ਨਾਲ ਤੁਹਾਨੂੰ ਕਰਦੇ ਆ ਕਿ ਤੁਹਾਨੂੰ ਤੁਹਾਡਾ ਖੁਦਾ ਬਣਾ ਦਿੰਦੇ ਆ ਪਰ ਅਸੀਂ ਖੁਦ ਦੇ ਖੁਦਾ ਨਹੀਂ ਹੋ ਸਕਦੇ ਸਾਡੀਆਂ ਸਾਹਾਂ ਪਰਮੇਸ਼ਵਰ ਦੇ ਹੱਥ ਵਿੱਚ ਆ ਸਾਡੀਆਂ ਖੁਸ਼ੀਆਂ ਪਰਮੇਸ਼ਵਰ ਦੇ ਹੱਥ ਦੇ ਵਿੱਚ ਆ ਸਮੇਂ ਪਰਮੇਸ਼ਵਰ ਦੇ ਹੱਥ ਦੇ ਵਿੱਚ ਆ ਹਵਾਵਾਂ ਦਾ ਵਗਣਾ ਬਾਰਿਸ਼ ਦਾ ਆਉਣਾ ਤੂਫਾਨਾਂ ਦਾ ਆਉਣਾ ਤੂਫਾਨਾਂ ਦਾ ਥੰਮ ਜਾਣਾ ਪੁਚਾਲ ਦਾ ਆਉਣਾ ਪੁਚਾਲ ਦਾ ਥੰਮ ਜਾਣਾ ਇਹ ਤਾਂ ਸਾਡੇ ਹੱਥ ਵਿੱਚ ਹੈ ਹੀ ਨਹੀਂ ਅਰ ਤੁਸੀਂ ਦੇਖੋ ਇਹਨਾਂ ਚੀਜ਼ਾਂ ਦਾ ਕਿੰਨਾ ਵੱਡਾ ਰੋਲ ਆ ਸਾਡੇ ਜੀਵਨ ਦੇ ਵਿੱਚ ਤੁਸੀਂ ਬੇਸ਼ੱਕ ਤੁਸੀਂ ਸਭ ਕੁਝ ਕਰ ਸਕਦੇ ਆਪਣੇ ਜ਼ੋਰ ਦੇ ਨਾਲ ਵੀ ਮੈਂ ਕਹਿੰਨੀ ਤੁਸੀਂ ਕਰ ਸਕਦੇ ਆ ਅਗਰ ਤੁਹਾਨੂੰ ਲੱਗਦਾ ਆ ਕਿ ਤੁਸੀਂ ਬਹੁਤ ਮੋਟੀਵੇਟ ਹੋ ਗਏ ਹਾਂ ਮੈਂ ਆਪਣੇ ਜ਼ੋਰ ਦੇ ਨਾਲ ਕਰ ਸਕਦਾ ਹਾਂ ਤੁਸੀਂ ਕਰ ਸਕਦੇ ਆ ਤੁਸੀਂ ਆਪਣੇ ਅਗਰ ਇਸੇ ਸੰਸਾਰ ਦੀ ਸੋਚ ਦੇ ਨਾਲ ਸੋਚਿਆ ਜਾਏ ਪਰ ਜੇ ਤੁਹਾਡੇ ਕੋਲੇ ਬੋਧ ਹੀ ਨਹੀਂ ਹੈਗੀ ਫਿਰ ਤੁਸੀਂ ਕੀ ਕਰ ਸਕਦੇ ਆ ਜੇ ਤੁਹਾਡੇ ਕੋਲੇ ਚੰਗੀ ਸਿਹਤ ਨਹੀਂ ਹੈਗੀ ਫਿਰ ਤੁਸੀਂ ਕੀ ਕਰ ਸਕਦੇ ਆ ਜੇ ਸਮਾਂ ਹੀ ਤੁਹਾਡੇ ਪੱਖ ਦੇ ਵਿੱਚ ਨਹੀਂ ਆ ਜੇ ਪਰਮੇਸ਼ਵਰ ਹੀ ਤੁਹਾਡੇ ਪੱਖ ਦੇ ਵਿੱਚ ਨਹੀਂ ਆ ਤੇ ਫਿਰ ਤੁਸੀਂ ਕੀ ਕਰ ਸਕਦੇ ਆ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਪਰ ਜਦੋਂ ਪਵਿੱਤਰ ਬਾਈਬਲ ਸਾਨੂੰ ਮੋਟੀਵੇਟ ਕਰਦਾ ਹੈ ਨਾ ਜਦੋਂ ਪਰਮੇਸ਼ਵਰ ਦਾ ਵਚਨ ਸਾਨੂੰ ਮੋਟੀਵੇਟ ਕਰਦਾ ਆ ਤੇ ਉਹ ਸਾਨੂੰ ਕਿੱਦਾਂ ਮੋਟੀਵੇਟ ਕਰ ਦੋ ਇਹ ਸੇਮ ਗੱਲ ਹੀ ਪਵਿੱਤਰ ਵਚਨ ਕਹਿੰਦਾ ਆ ਕਿ ਮੈਂ ਸਭ ਕੁਝ ਕਰ ਸਕਦਾ ਆ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਆ ਕਿ ਮੈਂ ਸਭ ਕੁਝ ਕਰ ਸਕਦਾ ਆ ਇਹੀ ਗੱਲ ਮੋਟੀਵੇਸ਼ਨ ਜਿਹੜੇ ਸਪੀਕਰਸ ਆ ਉਹ ਕਹਿੰਦੇ ਆ ਮੈਂ ਸਭ ਕੁਝ ਕਰ ਸਕਦਾ ਤੁਸੀਂ ਸਭ ਕੁਝ ਕਰ ਸਕਦੇ ਆ ਤੁਸੀਂ ਐਵਰੀ ਡੇ ਆਪਣੀਆਂ ਅਫਰਮੇਸ਼ਨਸ ਦੇ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਿ ਮੈਂ ਸਭ ਕੁਝ ਕਰ ਸਕਦਾ ਆ ਪਰ ਉਹ ਤੁਹਾਨੂੰ ਸਿਰਫ ਇੰਨਾ ਹੀ ਕਹਿੰਦੇ ਆ ਕਿ ਤੁਸੀਂ ਇਹ ਕਹੋ ਮੈਂ ਸਭ ਕੁਝ ਕਰ ਸਕਦਾ ਆ ਪਰ ਬਾਈਬਲ ਕੀ ਕਹਿੰਦਾ ਆ ਕਹਿੰਦਾ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਆ ਮੈਂ ਸਭ ਕੁਝ ਕਰ ਤਾਂ ਸਕਦਾ ਆ ਪਰ ਕਰ ਉਹਦੇ ਵਸੀਲੇ ਨਾਲ ਸਕਦਾ ਆ ਜਿਹੜਾ ਸਾਰੀ ਤਾਕਤ ਤੇ ਜ਼ੋਰ ਦਾ ਮਾਲਕ ਆ ਜਿਹਦਾ ਜ਼ੋਰ ਮੇਰੀਆਂ ਸਾਹਾਂ ਦੇ ਉੱਤੇ ਆ ਜਿਹਦਾ ਜਿਹਦਾ ਜ਼ੋਰ ਇਸ ਸੰਸਾਰ ਦੀਆਂ ਹਵਾਵਾਂ ਦੇ ਉੱਤੇ ਆ ਸਮੁੰਦਰਾਂ ਦੇ ਉੱਤੇ ਆ ਜਿਹਦਾ ਜ਼ੋਰ ਅਸਮਾਨਾਂ ਦੇ ਉੱਤੇ ਆ ਜਿਹਦੇ ਹੁਕਮ ਚੰਨ ਸਿਤਾਰੇ ਸੂਰਜ ਹਵਾਵਾਂ ਮੰਗਦੀਆਂ ਆ ਮੈਂ ਉਹਦੇ ਵਸੀਲੇ ਦੇ ਨਾਲ ਸਭ ਕੁਝ ਕਰ ਸਕਦਾ ਆ ਸੱਚੀ ਤੁਸੀਂ ਸਾਰਾ ਕੁਝ ਕਰ ਸਕਦੇ ਆ ਤੁਸੀਂ ਇਸ ਹਫਤੇ ਦੇ ਵਿੱਚ ਉਹ ਸਾਰੇ ਕੰਮ ਕਰ ਸਕਦੇ ਆ ਜਿਹੜੇ ਅੱਜ ਤੱਕ ਤੁਸੀਂ ਨਹੀਂ ਕਰ पाए ਪਰ ਯਾਦ ਰੱਖਿਓ ਪਰਮੇਸ਼ਵਰ ਦੇ ਜ਼ੋਰ ਦੇ ਨਾਲ ਜਦੋਂ ਤੁਸੀਂ ਕੋਈ ਵੀ ਕੰਮ ਨੂੰ ਹੱਥ ਪਾਉਣਾ ਹੈ ਤੁਸੀਂ ਇਹ ਕਹਿ ਸਕਦੇ ਆ ਮੈਂ ਇਹ ਕੰਮ ਕਰ ਸਕਦਾ ਆ ਕਿਉਂਕਿ ਮੇਰਾ ਪਰਮੇਸ਼ਵਰ ਮੈਨੂੰ ਜ਼ੋਰ ਦਿੰਦਾ ਹੈ ਮੇਰੇ ਪਰਮੇਸ਼ਵਰ ਨੇ ਮੈਨੂੰ ਹਿੰਮਤ ਦਿੱਤਾ ਹਿੰਮਤ ਦਿੱਤੀ ਮੇਰੇ ਪਰਮੇਸ਼ਵਰ ਨੇ ਮੈਨੂੰ ਬਲ ਦਿੱਤਾ ਆ ਕਿਉਂਕਿ ਮੇਰੇ ਅੰਦਰ ਵਚਨ ਚ ਲਿਖਿਆ ਕਹਿੰਦਾ ਉਹ ਮਹਾਨ ਆ ਜਿਹੜਾ ਮੇਰੇ ਅੰਦਰ ਵੱਸਦਾ ਆ ਉਹਦੇ ਨਾਲੋਂ ਜਿਹੜਾ ਸੰਸਾਰ ਵਿੱਚ ਵੱਸਦਾ ਆ ਹੁਣ ਤੁਹਾਡੇ ਅੰਦਰ ਕੌਣ ਵੱਸਦਾ ਆ ਪਰਮੇਸ਼ਵਰ ਦਾ ਆਤਮਾ ਪਵਿੱਤਰ ਆਤਮਾ ਉਹ ਆਤਮਾ ਜਿਹੜਾ ਪਰਮੇਸ਼ਵਰ ਦਾ ਉਹੀ ਆਤਮਾ ਜਿਨੇ ਪ੍ਰਭੂ ਯੇਸੂ ਮਸੀਹ ਜੀ ਨੂੰ ਮੁਰਦਿਆਂ ਦੇ ਵਿੱਚੋਂ ਜਿਵਾ ਲਿਆ ਸੇਮ ਹੋਲੀ ਸਪਿਰਿਟ ਤੁਹਾਡੇ ਅੰਦਰ ਵੱਸਦਾ ਆ ਤੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਨਾ ਬਲ ਨਾਲ ਨਾ ਜ਼ੋਰ ਦੇ ਨਾਲ ਨਾ ਸ਼ਕਤੀ ਦੇ ਨਾਲ ਕਹਿੰਦਾ ਪਰ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਪਹਾੜ ੁਖੜ ਜਾਂਦੇ ਆ ਸੋ ਪਰਮੇਸ਼ਵਰ ਦੇ ਬਲ ਦੇ ਨਾਲ ਪਰਮੇਸ਼ਵਰ ਦੇ ਆਤਮਾ ਦੇ ਜ਼ੋਰ ਦੇ ਨਾਲ ਪਹਾੜ ੁਖੜ ਜਾਂਦੇ ਆ ਔਰ ਉਹੀ ਆਤਮਾ ਪਰਮੇਸ਼ਵਰ ਨੇ ਸਾਡੇ ਅੰਦਰ ਪਾਇਆ ਉਹੀ ਪ੍ਰੇਮ ਦਾ ਆਤਮਾ ਉਹੀ ਸਮਝ ਦਾ ਆਤਮਾ ਉਹੀ ਦਲੇਰੀ ਦਾ ਆਤਮਾ ਉਹੀ ਜ਼ੋਰ ਦਾ ਆਤਮਾ ਹਾਂ ਅਸੀਂ ਸਭ ਕੁਝ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਪਰ ਉਹਦੇ ਵਸੀਲੇ ਨਾਲ ਜਿਹੜਾ ਸਾਨੂੰ ਤਾਕਤ ਤੇ ਜ਼ੋਰ ਬਖਸ਼ਦਾ ਆ ਅਰ ਸਾਡਾ ਜ਼ੋਰ ਯਹੋਵਾ ਸਾਡਾ ਬਲ ਯਹੋਵਾ ਸਾਡੀ ਤਾਕਤ ਯਹੋਵਾ ਸਾਡੀ ਜਾਨ ਯਹੋਵਾ ਕਿਉਂਕਿ ਸਾਡੇ ਸਾਹਾਂ ਦੇ ਉੱਤੇ ਅਖਤਿਆਰ ਯਹੋਵਾ ਪਰਮੇਸ਼ਵਰ ਦੇ ਆਤਮਾ ਦਾ ਆ ਸੋ ਤੁਸੀਂ ਸਭ ਕੁਝ ਕਰ ਸਕਦੇ ਆ ਤੁਸੀਂ ਇਸ ਹਫਤੇ ਦੇ ਵਿੱਚ ਤੁਸੀਂ ਇਸ ਵਚਨ ਨੂੰ ਮੈਡੀਟੇਟ ਕਰੋ ਇਸ ਵਚਨ ਨੂੰ ਮੈਨੀਫੈਸਟ ਕਰੋ ਇਸ ਵਚਨ ਨੂੰ ਬਾਰ ਬਾਰ ਦੁਹਰਾਓ ਅੱਖਾਂ ਬੰਦ ਕਰਕੇ ਤੁਸੀਂ ਇਸ ਚੀਜ਼ ਨੂੰ ਮੈਡੀਟੇਟ ਕਰ ਸਕਦੇ ਮੈਂ ਸਭ ਕੁਝ ਕਰ ਸਕਦਾ ਪਰਮੇਸ਼ਵਰ ਦੇ ਜ਼ੋਰ ਦੇ ਨਾਲ ਪਰਮੇਸ਼ਵਰ ਦੇ ਬਲ ਦੇ ਨਾਲ ਪਰਮੇਸ਼ਵਰ ਦੀ ਦਿੱਤੀ ਹੋਈ ਸਮਝ ਦੇ ਨਾਲ ਪਰਮੇਸ਼ਵਰ ਨੇ ਮੇਰੇ ਹੱਕ ਵਿੱਚ ਸਾਰੇ ਮੌਸਮ ਕਰ ਕਰ ਦਿੱਤੇ ਆ ਪਰਮੇਸ਼ਵਰ ਨੇ ਸਾਰੇ ਸਮਿਆਂ ਨੂੰ ਮੇਰੇ ਹੱਕ ਦੇ ਵਿੱਚ ਕਰ ਦਿੱਤਾ ਪਰਮੇਸ਼ਵਰ ਨੇ ਮੇਰੇ ਪਰਿਵਾਰ ਨੂੰ ਮੇਰੇ ਹੱਕ ਵਿੱਚ ਕਰ ਦਿੱਤਾ ਪਰਮੇਸ਼ਵਰ ਨੇ ਜਿੱਥੇ ਮੈਂ ਜੌਬ ਕਰਦਾ ਆ ਉਹ ਸਾਰੇ ਸਿਸਟਮ ਨੂੰ ਮੇਰੇ ਹੱਕ ਦੇ ਵਿੱਚ ਕਰ ਦਿੱਤਾ ਮਤਲਬ ਸਾਰੀਆਂ ਚੀਜ਼ਾਂ ਪਰਮੇਸ਼ਰ ਨੇ ਮੇਰੇ ਫੇਵਰਟ ਚ ਕਰ ਦਿੱਤੀਆਂ ਜਦ ਰਹੀ ਹਵਾ ਮੇਰੇ ਵੱਲ ਆ ਤੇ ਮੇਰੇ ਵਿਰੁੱਧ ਕੌਣ ਹੋ ਸਕਦਾ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਕੁਝ ਕਰ ਸਕਦੇ ਆ ਤੁਸੀਂ ਜੈਵੰਤ ਹੋ ਸਕਦੇ ਆ ਤੁਸੀਂ ਆਪਣੀਆਂ ਚੀਜ਼ਾਂ ਦੇ ਉੱਤੇ ਫਤਿਹ ਪਾ ਸਕਦੇ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਤੁਸੀਂ ਅਜੇ ਤੱਕ ਆਪਣੇ ਆਪ ਨੂੰ ਫੇਲਿਅਰ ਫੀਲ ਕਰ ਰਹੇ ਸੀ ਉਹਨਾਂ ਹੀ ਚੀਜ਼ਾਂ ਦੇ ਵਿੱਚ ਉਹਨਾਂ ਸਾਰੇ ਕੰਮਾਂ ਦੇ ਵਿੱਚ ਤੁਸੀਂ ਹੁਣ ਜੈਵੰਤ ਹੋ ਸਕਦੇ ਆ ਵਿਕਟੋਰੀਅਸ ਹੋ ਸਕਦੇ ਆ ਫਤਿਹਮੰਦ ਹੋ ਸਕਦੇ ਆ ਹallelujah ਮੈਂ ਯਕੀਨ ਕਰਦੀ ਆ ਕਿ ਅੱਜ ਦਾ ਇਹ ਵਰਡ ਤੁਹਾਡੀ ਬਰਕਤ ਦੇ ਲਈ ਆ ਅੱਜ ਦਾ ਇਹ ਵਰਡ ਸਿਰਫ ਤੁਹਾਡੀ ਨਹੀਂ ਸਗੋਂ ਮੇਰੀ ਵੀ ਬਰਕਤ ਦੇ ਲਈ ਆ ਪਰਮੇਸ਼ਵਰ ਨੇ ਅੱਜ ਸਾਨੂੰ ਇਹ ਸ਼ਬਦ ਦਿੱਤਾ ਆ ਤਾਂ ਜ਼ਰੂਰ ਪ੍ਰਭੂ ਨੇ ਸਾਨੂੰ ਇਸ ਕੰਮ ਨੂੰ ਪੂਰਾ ਕਰਨ ਦੀ ਸਮਰਥ ਵੀ ਦਿੱਤੀ ਆ ਕਿਉਂਕਿ ਜੋ ਕੰਮ ਸਾਨੂੰ ਪਰਮੇਸ਼ਵਰ ਨੇ ਦਿੱਤੇ ਆ ਨਾ ਉਹ ਕੰਮ ਕਰਨ ਦੀ ਹਿੰਮਤ ਵੀ ਸਾਨੂੰ ਦਿੱਤੀ ਆ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਬਹੁਤ ਬlesਸ ਕਰਨ ਅੱਜ ਦਾ ਵਰਡ ਤੁਹਾਡੇ ਜੀਵਨ ਦੀ ਬਰਕਤ ਨੂੰ ਖੋਲੇ ਅੱਜ ਦਾ ਵਰਡ ਤੁਹਾਡੀ ਮਰੀ ਹੋਈ ਆਸ ਨੂੰ ਜ਼ਿੰਦਾ ਕਰੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਬਰਕਤ ਪਾਓ ਤੁਹਾਡਾ ਘਰਾਨਾ ਬਰਕਤ ਪਾਏ ਸ਼ਿਫਾ ਪਾਓ ਨਜਾਤ ਪਾਓ ਪਾਪ ਤੋਂ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ਼ ਨੇੜੇ ਆ ਤੇ ਸਾਡੀ ਸਾਰਿਆਂ ਦੀ ਮੁਕੰਮਲ ਤਿਆਰੀ ਸਵਰਗ ਦੇ ਲਈ ਪੂਰੀ ਹੋ ਜਵੇ ਤਾਂ ਜੋ ਸਾਡੇ ਸਾਰਿਆਂ ਦੇ ਨਾਮ ਸਾਡੇ ਧੀਆਂ ਪੁੱਤਰਾਂ ਦੇ ਨਾਮ ਸਾਡੇ ਘਰਾਨੇ ਦੇ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖੇ ਜਾਣ ਔਰ ਕਦੀ ਮਿਟਾਏ ਨਾ ਜਾਣ ਗੋਡ ਬles ਯੂ ਜੈਨ ਸੀਦੀ